ਮੈਂ ਕੱਲ ਇੱਕ ਵਕੀਲ ਸਾਹਿਬ ਕੋਲ ਤਾਂ ਤੇ ਉਹ ਮਨੂ ਉਹਨਾਂ ਨੇ ਦੱਸਿਆ ਉਹ ਕਹਿੰਦੇ ਨੇ ਅੱਲਾ ਮਾਫ ਕਰ ਦਿੰਦਾ ਆ ਪੰਜਾਬ ਪੁਲਿਸ ਨਹੀਂ ਕਰਦੀ ਚਲੋ ਰੱਬ ਨੇ ਰੱਬ ਨੇ ਲਾ ਭਲਾ ਕਰਿਆ ਦੇ ਦੇ ਇਹਨਾਂ ਨੂੰ ਇਹ ਜਿਹੜਾ ਹੁੰਦਾ ਨਾ ਆਪਾਂ ਇਹ ਮੁਕਾਫਾ ਤਾਂ ਆਪਾਂ ਕਿਸੇ ਨਾਲ ਕਰਨੀ ਹੈ ਨਾ ਆਪਾਂ ਨੂੰ ਦੁਨੀਆ ਤੇ ਭਰ ਕੇ ਜਾਣਾ ਪੈਣਾ ਉਦਾਂ ਰੱਬ ਨੇ ਲੈ ਕੇ ਨਹੀਂ ਜਾਣਾ ਆਪਣੇ ਨੂੰ ਕਦੀ ਵੀ ਨਹੀਂ ਲੈ ਕੇ ਜਾਣਾ ਇਹ ਕਿਵੇਂ ਹੋ ਗਿਆ ਇੱਕ ਐਸਾ ਚੋਰ ਹੈ ਤੁਹਾਡੇ ਦੇ ਫਾਇਰਿੰਗ ਦਾ ਪਰਚਾ ਦਿੱਤਾ ਹਾਂਜੀ ਉਹ ਦੱਸਾਂ ਕੀ ਚੀਜ਼ ਹੁੰਦੀ ਹੈ ਜਿਹੜੀ ਉਹ ਥੋੜੀਆਂ ਥੋੜੀਆਂ ਬੰਦੇ ਜਿਨ੍ਹਾਂ ਲਾਲਾ ਮੈਂ ਕਹਿਣਾ ਕਿ ਅਸੀਂ ਕਨਾ ਵੇ तकरीबन ਪੂਰ ਬੈਕਗ੍ਰਾਉਂਡ ਤੇ ਸਾਡੀ ਫੈਮਿਲੀ ਸੀ ਤੇ ਸਾਡੇ ਪਿੰਡ ਚ ਕੀ ਸਾਡੇ ਘਰ ਚੋਂ ਨਹੀਂ ਸੀ ਕੋਈ ਉੱਠਿਆ ਕਰੀ ਦੱਸਣਾ ਪੈਂਦਾ ਜੀ ਕਿ ਮੈਂ ਫਲਾਣਿਆਂ ਦਾ ਮੁੰਡਾ ਉਹਨੂੰ ਤਾਰਫ਼ ਕਰਾਉਣਾ ਪੈਂਦਾ ਹੈ ਪਿੰਡ ਦੇ ਵਿੱਚ ਹੀ ਕਿ ਮੈਂ ਉਹਨਾਂ ਦਾ ਮੁੰਡਾ ਹਨਾ ਤੇ ਉਹ ਜਦੋਂ ਯੱਕ ਦਾ ਮ ਰੱਬ ਰਿਸਪੈਕਟ ਦਿੰਦਾ ਨਾ ਰੱਬ ਜਦੋਂ ਬੰਦੇ ਨੂੰ ਰਿਸਪੈਕਟ ਦਿੰਦਾ ਕਿਸੇ ਨੂੰ ਦਿੰਦਾ ਚਾਹੇ ਮੈਨੂੰ ਦਿੰਦਾ ਮੇਚ ਕੋਈ ਐਸੀ ਚੀਜ਼ ਹੋਣੀ ਹੈ ਰੱਬ ਨੇ ਰਿਸਪੈਕਟ ਦੇਣੀ ਮੈਨੂੰ ਉਹਦਾ ਚੁੱਕ ਕੇ ਰੱਬ ਵੀ ਨਹੀਂ ਕਿਸੇ ਨੂੰ ਦੇ ਦਿੰਦਾ ਉਹਦੀ ਸਟ੍ਰਗਲ ਦੇਖਣੀ ਉਹਦਾ ਸਾਰਾ ਕੁਝ ਸਹੀ ਕਹਿ ਰਹੇ ਹੋ ਸਈਆ ਮੈਨੂੰ ਰੱਬ ਨੇ ਰਿਸਪੈਕਟ ਦਿੱਤੀ ਕੋਈ ਲੋਗ ਐਸੇ ਹੁੰਦੇ ਕੁਝ ਲੋਗ ਜਿਹੜੇ ਕਿਸੇ ਦੀ ਰਿਸਪੈਕਟ ਨੂੰ ਨਾ ਬਰਦਾਸ਼ਤ ਨਹੀਂ ਕਰ ਸਕਦੇ ਹਜ਼ਮ ਹਜ਼ਮ ਨਹੀਂ ਹੁੰਦਾ ਤੇ ਬਾਕੀ ਨਾ ਉਹਨੂੰ ਐਪਰੀਸ਼ੀਏਟ ਕਰੋ ਤੁਹਾਡੇ ਇਲਾਕੇ ਦਾ ਬੰਦਾ ਜਾਂ ਸਾਡੇ ਇਲਾਕੇ ਦਾ ਸੀਗਾ ਉਹਨੇ ਚੁੱਕ ਕੇ ਐਫ ਆਈ ਆਰ ਨਾਮਜ਼ਦ ਮਲਕ ਬਿਨ ਯਮੀਨ ਝੂਠੀ ਸੀ ਝੂਠੀ ਸੀ ਬਿਲਕੁਲ ਝੂਠੀ ਸੀ ਤੁਸੀਂ ਨਹੀਂ ਅਸਲੇ ਦੀ ਨਮਾਇਸ਼ ਕੀਤੀ ਕਦੇ ਨਹੀਂ ਫਾਇਰਿੰਗ ਕੀਤੀ ਨਹੀਂ ਕਦੀ ਨਹੀਂ ਕੀਤੀ ਆਪਾਂ ਦੇ ਇਸ ਚੀਜ਼ ਦੀ ਹਰ ਇੱਕ ਬੰਦੇ ਦੇ ਖਿਲਾਫ ਹੈ ਇਸ ਚੀਜ਼ ਦੇ ਕਿ ਜਿਹੜਾ ਨਾ ਇਹ ਸਕੂਨ ਜਿਹੜਾ ਸਕੂਨ ਆ ਸਾਰ ਹਰ ਇੱਕ ਬੰਦਾ ਆਪਣੀ ਲਾਈਫ 'ਚ ਸਕੂਨ ਚਾਹੁੰਦਾ ਤੇ ਇਹ ਚੀਜ਼ਾਂ ਜਿਹੜੀਆਂ ਸਕੂਨ ਖਤਮ ਕਰ ਦਿੰਦੀਆਂ ਠੀਕ ਆ ਆਪਾਂ ਨੇ ਕੀਤੀ ਲੇਕਨ ਜਾਂ ਬੁੰਨੂ ਦੇ ਅੱਦੇ ਵੀ ਬਾਅਦ 'ਚ ਇਹ ਜਿਹੜਾ ਹੁੰਦਾ ਨਾ ਕਿ ਆਪਾਂ ਇਹ ਮੁਕਾਫਾਤ ਆਪਾਂ ਕਿਸੇ ਨਾਲ ਕਰਨੀ ਆ ਨਾ ਆਪਾਂ ਨੂੰ ਦੁਨੀਆ ਤੇ ਭਰ ਕੇ ਜਾਣਾ ਪੈਣਾ ਉਦਾਂ ਰੱਬ ਨੇ ਲੈ ਕੇ ਨਹੀਂ ਜਾਣਾ ਆਪਣੇ ਨੂੰ ਕਦੀ ਵੀ ਨਹੀਂ ਲੈ ਕੇ ਜਾਣਾ ਇਹ ਜਿਹੜੀ ਹਾਂਜੀ ਮੈਂ ਕੱਲ ਇੱਕ ਵਕੀਲ ਸਾਹਿਬ ਕੋਲ ਸਾਹਿਬ ਤੇ ਉਹ ਮੈਨੂੰ ਉਹਨਾਂ ਨੇ ਦੱਸਿਆ ਉਹ ਕਹਿੰਦੇ ਨੇ ਅੱਲਾ ਮਾਫ ਕਰ ਦਿੰਦਾ ਆ ਪੰਜਾਬ ਪੁਲਿਸ ਨਹੀਂ ਕਰਦੀ ਚਲੋ ਰੱਬ ਇਹਨਾਂ ਦਾ ਪਲਾ ਕਰਿਆ ਦੇ ਦਵੇ ਨਾ ਲੇਕਿਨ ਜਦੋਂ ਰੱਬ ਦੀ ਮਿਹਰ ਹੋਵੇ ਤੇ ਰੱਬ ਦਾ ਕਰਮ ਹੋਵੇ ਅੱਲਾਹ ਤਾਲਾ ਕੁਰਾਨ ਚ ਵੀ ਕਹ ਦਿੱਤਾ ਕਿ ਮੇਰੇ ਹੁਕਮ ਦੇ ਬਗੈਰ ਤਾਂ ਕੋਈ ਬਾਲ ਵੀ ਨਹੀਂ ਤੋੜ ਸਕਦਾ ਕੋਈ ਨੁਕਸਾਨ ਤਾਂ ਨਹੀਂ ਪਹੁੰਚਾਦਾ ਬਾਕੀ ਬੜੇ ਅੱਛੇ ਅਫੀਸਰ ਰਵੀਆ ਆਪਣੀ ਪੁਜਾਬ ਪੁਲਿਸ ਦੇ ਵਿੱਚ ਬੜੇ ਅੱਛੇ ਅਫੀਸਰ ਰਵੀਆ ਉਹ ਬੰਦੇ ਰਿਸਪੈਕਟ ਕਰਦੇ ਨੇ ਬਹੁਤ ਜ਼ਿਆਦਾ ਰਿਸਪੈਕਟ ਬਹੁਤ ਸਾਰੇ ਪਿਆਰ ਮੈਂ ਕਹਣਾ ਇੰਨੇ ਕਹਣਾ ਹੁਣ 1 2 ਦਾ ਕਰਕੇ ਆਪਾਂ ਸਾਰੇ ਡਿਪਾਰਟਮੈਂਟ ਨੂੰ ਇਤਨੀ ਕਹਿ ਸਕਦੇ ਹਾਂ ਤੇ ਬੜੇ ਅੱਛੇ ਆ ਆਪਣੇ ਨੂੰ ਮਿਲਦੇ ਦੀ ਯਾਰ ਦੋਸਤ ਵੀ ਆ ਫਰੈਂਡ ਵੀ ਆ ਤੇ ਆਪਾਂ ਰਿਸਪੈਕਟ ਵੀ ਕਰੀਦੀ ਆ ਆਪਣਾ ਅਦਾਰਾ ਜਿਹੜਾ ਆਪਣੇ ਮੁਹਫਜ਼ ਆ ਤੇ ਇੱਕ ਦੋ ਦਾ ਕਰਕੇ ਆਪਾਂ ਸਾਰੇ ਡਿਪਾਰਟਮੈਂਟ ਨੂੰ ਇਦਾਂ ਕਹਿ ਨਹੀਂ ਸਕਦੇ